बिस्मिल्लाहिर्रहमानिर्रहीम अस्सलाम वालेकुम। मैं से सारू मिकां ती सा ठीक ठाक हो गया दलो करने शुरू। अज इतवार दा दिन जे सुबह सुबह टाइम है ते मैं सुबह सुबह चले जा पट्ठे कुतरन। मैं कल लै के आया हां पा रहे हन ते मैं कुतरे नहीं, मैं क्योंकि कल्ले को चुके नहीं जाने। अज मैं भाई जेबरन नाल लै के चला वा ते पट्ठे कुतर के ते चुक ले आने आ। भाई जेबरन मैं पट्ठे चुकवान वास्ते नहीं लै के चला, उसे ना जेहड़ा कुत्ता ना बड़ा ही पेंदा जे, बस मैनू नहीं पेंदा क्योंकि जो निका जिहा सी ना उदों मैं वेली जाना वा ते मैनू घट वध ही पेंदा वे ते दूसरे लोगों को वाहवा पेंदा। ते नाल मैं भाई जेबरन नू अज लै के चला वा वेखने उन्होंने कुत्ता पेंदा कि नहीं। आ वीर मुका ले नहीं कम शाम फिर सुबह सुबह मैं भी चला पट्ठे कुतर। आ बजी जे भी गाय पट्ठे अगू सारे मोगे ने हूँ कुतर के लिया पाने जगह पट्ठे आ गए जे भी भाई जे बड़ी आइयो तुम घंटा हो गया डीक दियाँ नवी सैवंटी लई आ फसा बड़ा बोते भी नहीं देरू मैं कला चुक लिया चुक ला जवानियां यार आ गई नहीं सही गल चलो जो कुछ कहो के खवावा मैं घर जाके दस दा मार दे उन्होंने मुंडे मैनू पता क्यों दांत नहीं लग गए कितने चुप चुप दांत तो नहीं लग गए चक मार ले आई आहो चक मार ले आई अगे पैर कर दे फिर दे लो जी कुत्ते नु डराने तो बाद हुण जाना सेव तू पट्ठे परा करन दिया जी कुत्ते ने तुहानू डराया तुसी कुत्ते नू डराया मैं डराया चक उन्हें मारे तुसी तो मैं तो उंजी मैं आप ही चक मरवाया मैं तेरी वीडियो सही बन जाएगी चल जा मजा कर ए कुत्तिया ओए कर देगी ओ कुत्तिया बच्चे सहेब ने जरा सारे पट्ठे कुतर ले जे ते सहेब ने मैनू कहा सी वी जे मैं सारे पट्ठे कुतर लांगा तुसी एक वारी चुक के बहाने ने तो मैं तुहानू चुक के बहावांगा ते फिर जे मैं चुक लिया ते फिर जो मैं कहांगा सहेब ओह खवाएगा मेरे बजट ते अपने बजट दे हिसाब नाल गल करी दी हुंदी फिर ओ शेर बंदे आ यार तू पट्ठे असी झरने च बन ले जे तुहानू बाई जी बड़े चौके दसन लगे ने वेले ने अज चुके जाते हैं कि नहीं वेख लें अज मेरे से जोर बहुत एक भाई जेब बना चे क्योंकि डेरू मैं भी कला चुक लिया हाँ तो थे ना कला चुकने ओ एक दो पहले थक जाए कि चलो भाई वेखने अज चुके जाते हैं कि नहीं तो तुम कि आ गए डंड मारो हाँ जी हाँ जी गल फुल चुकन की हुई है तुम फुल चुकने हाँ जी कहते तो मैं चुके हा हारना ਮੈਨੂੰ ਜੋ ਤੁਸੀਂ ਮੈਨੂੰ ਦੋ ਆਫਰ ਕਿ ਜੋ ਕੁਛ ਮਰਜ਼ੀ ਖਾ ਲਈ ਹਾਂਜੀ ਰੋਡ ਛੇੜੇ ਸਾਰੇ ਪੱਟੇ ਨਹੀਂ ਇਹਨਾਂ ਨੂੰ ਫੜ ਕੇ ਮੈਂ ਰੱਖਣਾ ਤੁਸੀਂ ਚੁੱਕੇ ਹੋਇਆ ਆਹੀ ਤਾਂ ਹੁੰਦਾ ਨੁਕਸਾਨ ਕਿ ਇਕੱਲਾ ਬੰਦਾ ਚੁੱਕੇ ਤਾਂ ਰੋੜਦੇ ਨੇ
ਤਾਂ ਤੇ ਤੁਹਾਨੂੰ ਮੈਂ ਲੈ ਕੇ ਆਇਆ। ਅੱਛਾ ਹਾਂਜੀ ਮੈਂ ਚੁੱਕਨੇ ਇਕੱਲੇ ਆਣੇ ਤੇ ਰੋੜਨ ਵੀ ਨਾ। ਹਾਂ ਰੋੜਦੇ ਨੇ ਥੋੜੇ ਬਹੁਤ ਰੋੜਨ ਦਿਓ ਕੋਈ ਗੱਲ ਨਹੀਂ। ਅੱਛਾ ਥੋੜੇ ਬਹੁਤੇ ਆਈ ਨਾ ਤੁਸੀਂ ਅੱਧੇ ਰੋੜ ਕੇ ਅੱਧੇ ਚੁੱਕ ਕੇ ਲਾਈਓ। ਚੁੱਕ ਲਓ ਇੰਨੇ ਚਿਰ ਨੂੰ ਤਾਂ ਮੈਂ ਚੁੱਕ ਕੇ ਘਰ ਆ ਗਿਆ। ਕਰ ਲੈਂਦੇ ਹਾਂ ਚੁੱਕੇ ਤੁਹਾਡੇ ਕੋਲ ਫੇਰ ਵੀ ਨਹੀਂ ਜਾਣਾ ਜਿਸ ਤੱਕ ਮੈਨੂੰ ਉਮੀਦ ਹੈ। ਇਹ ਤਾਂ ਦੋ ਨੰਬਰ ਹੀ ਕੰਮ ਹੈ ਨਾ ਉਹ ਉੱਥੇ ਮੈਂ ਐਵੇਂ ਕਿਸੇ ਰੱਖਦਾ ਡੇੜੇ ਐਵੇਂ ਥੋੜ੍ਹੀ ਡੋੜੇ ਡੇੜੇ ਐਵੇਂ ਮੋਟਰਸਾਈਕਲ ਰੱਖਦਾ ਮੋਟਰਸਾਈਕਲ ਡਿੱਗ ਪੈਣਾ ਸੀ। ਥੱਲੇ ਰੱਖ ਕੇ ਬਾਹਰ ਚੁੱਕਾ ਨਹੀਂ ਚੁੱਕ ਲਓ ਚੁੱਕ ਲਓ ਤੁਸੀਂ ਇੱਥੋਂ ਚੁੱਕ ਲਓ ਮੈਂ ਮੰਨ ਜਾਵਾਂਗਾ ਤੁਹਾਨੂੰ ਧੋਣ ਦੀ ਪੀਰ ਨਾ ਕਢਾ ਲਿਓ ਬਾਅਦ 'ਚ ਨਾ ਨਾ ਲੱਗੇ ਮੇਰਾ ਇਹ ਤੁਸੀਂ ਵੀ ਗਾਹ ਤੋੜ ਪੈਣਾ ਸਾਰਾ ਭਾਰ ਧੋਣ 'ਚ ਪੈ ਗਿਆ ਅਤੇ ਉਹ ਤੁਹਾਨੂੰ ਚਰਨਾ ਭਾਰ ਛਿੜਿਆ ਸਾਰਾ ਆਏਗਾ ਚੱਕਰ ਤੇ ਉਹ ਵੇਲੀ ਤੱਕ ਵੀ ਕਰਨੇ ਹਨ ਕੁੱਤਾ ਨਾ ਮੈਨੂੰ ਨਹੀਂ ਪੈਂਦਾ ਤੇ ਬਾਈ ਦੇ ਬੜਾ ਵੇਖ ਕੇ ਨਾ ਮੈਨੂੰ ਵੀ ਗੂੰਗੂ ਕਰਨ ਦੇ ਯਾਰ ਬਹੁ ਨੀ ਕਰਦਾ ਵੇਖੋ ਮੈਨੂੰ ਵੇਖ ਕੇ ਬਹੁ ਨੀ ਕਰਦਾ ਜਾਂ ਫਿਰ ਚੱਕ ਮਾਰਦਾ ਤੇ ਜਾਂ ਫਿਰ ਗੂੰ ਗੂੰ ਕਰਦਾ ਪੈਂਦਾ ਪੁੰਦਾ ਨਹੀਂ ਮੈਨੂੰ ਬਹੁ ਬਹੁ ਨੀ ਕਰਦਾ। ਹਾਂਜੀ ਮੈਂ ਥੋੜ੍ਹੀ ਆ ਗਿਆ ਤੁਹਾਨੂੰ ਐਂ ਚੁੱਕੋ ਮੈਨੂੰ ਤੇ ਆਹੀ ਚੁੱਕਣਗੇ ਖਲੋ ਕੇ ਚੁੱਕਣਗੇ ਵੇਖੋ ਸਾਰੀ ਪੈਂਟ ਗੰਦੀ ਕਰ ਪੱਠੇ ਮੈਂ ਰੱਖ ਲਏ ਮੋਢਿਆਂ ਦੇ ਬਾਈ ਦੇ ਮਨਿੰਦਰੂ ਨਹੀਂ ਪਿਆ ਨਹੀਂ ਪਿਆ ਤੇ ਹੁਣ ਲੈ ਕੇ ਚੱਲਣਾ ਵੇਖੋ ਬਾਈ ਦੇ ਤੁਹਾਡੇ ਕੋਲ ਚੁੱਕੇ ਨਹੀਂ ਜਾਣਦੇ ਤੇ ਮੈਂ ਹੱਥ ਤੋਂ ਬਗੈਰ ਰੱਖੀ ਉਹਨੇ ਨਹੀਂ ਪੈਣਾ ਹੁਣ ਭਰਾ ਜਲਦੀ ਕਰਿਓ ਜਲਦੀ ਕਰਿਓ ਖਿੱਲਰ ਨੇ ਨਹੀਂ ਬੋਲਦੇ ਚੜਨਾ ਪਾਸ ਰਹੇ ਤੁਸੀਂ ਪੱਠੇ ਚੁੱਕ ਕੇ ਲਿਆਉਣੇ ਸਾਰੇ ਇੱਥੇ ਧੋਣ 'ਚ ਪੱਠੇ ਡਿੱਗ ਪਏ ਸਾਰੇ ਤੇ ਬਾਈ ਦੇਵ ਨਾਲ ਖੜਿਆ ਸੀ ਤੇ ਬਾਈ ਦੇਵ ਨੂੰ ਕੁੱਤਾ ਪੈ ਗਿਆ ਹਜੇ ਚੱਕ ਵੀ ਮਾਰ ਲਿਆ ਸੀ ਪਰ ਬੂਟ ਨੂੰ ਵੱਜਿਆ ਸੀ ਬਚ ਗਿਆ ਹਜੇ ਬਾਈ ਦੇਵ ਨੂੰ ਲੱਕ ਵੀ ਸਾਰਾ ਗੰਦਾ ਕਰ ਲਿਆ ਨੇ ਪੱਠੇ ਚੁੱਕਦੇ ਆ ਤੇ ਚੁੱਕੇ ਫਿਰ ਨਹੀਂ ਸਹੀ ਤਰ੍ਹਾਂ ਦੋ ਨੰਬੜੀਆਂ ਚੁੱਕੇ ਫਰਿੱਜ ਬੋਏ ਵੈਲਡ ਕਰਾਉਣ ਲੱਗੇ ਤੇ ਟੁੱਟ ਗਏ ਹਜੇ ਤੇ ਗਰਮੀ ਆ ਗਈ ਤੁਹਾਨੂੰ ਫਰਿੱਜ 'ਚ ਛਾਵਾਂ ਰੱਖਣੀਆਂ ਕਰਨੀਆਂ ਤੇ ਬੋਏ ਵੈਲਡ ਕਰਾਉਣ ਲੱਗੇ ਜੇ ਪਹਿਲਾਂ ਉਤਲਾ ਬੋਆ ਵੈਲਡ ਹੋਣ ਲੱਗਾ ਜੇ ਜੇ ਪਹਿਲਾਂ ਸਹੀ ਤਰ੍ਹਾਂ ਜੁੜੇ ਹੁੰਦੇ ਨਾ ਉਹ ਟੁੱਟ ਗਿਆ ਜੇ ਤੁਹਾਨੂੰ ਕਬਜ਼ੇ ਲਾ ਕੇ ਜੋੜਨ ਲੱਗੇ ਜੇ ਕਬਜ਼ਾ ਜੋੜਨ ਲੱਗੇ ਜੀ ਹੁਣ ਕਬਜ਼ੇ ਅਸੀਂ ਦੋਵੇਂ ਲਾ ਰਹੇ ਜੇ ਫਰਿੱਜ ਨੂੰ ਫਰਿੱਜ ਤਾਂ ਇੱਕ ਵਾਰੀ ਸਹੀ ਹੋ ਜਾਣੀ ਜੇ ਪਰ ਕਾਲੀ ਹੋ ਗਈ ਆ ਵੇਖੋ ਸਾਰੀ ਕਾਲੀ ਹੋ ਗਈ ਫਰਿੱਜ ਦਾ ਇੱਕ ਗੇਟ ਲੱਗ ਗਿਆ ਉਤਲਾ ਅਤੇ ਹੁਣ ਥੱਲੇ ਦੀ ਵਾਰੀ ਵੱਡੇ ਦੀ ਇਹਨੂੰ ਵੀ ਕਬਜ਼ੇ ਲਾਉਣੇ ਪੈਣੇ ਨੇ ਫਰਿੱਜ ਸਾਡੀ ਬਿਲਕੁਲ ਸਹੀ ਹੋ ਗਈ ਜੇ ਉੱਤੇ ਵੀ ਲਾ ਲਏ ਅਸੀਂ ਕਬਜ਼ੇ ਅਤੇ ਜਿਹੜਾ ਥੱਲੇ ਦਰਵਾਜ਼ਾ ਨਾ ਥੋੜ੍ਹਾ ਤੰਗ ਕਰਦਾ ਪਿਆ ਅਤੇ ਇਹਨੂੰ ਕੁੰਡੀ ਲਾ ਰਹੀ ਜੇ ਹੁਣ ਨਹੀਂ ਖੁੱਲਦਾ ਆਪਣੇ ਆਪ ਜਿੱਦੀ ਸਹੀ ਕਰਾ ਕੇ ਨਾ ਧੋ ਲਈ ਜੇ ਅਤੇ ਸਪਲਾਈਜ਼ਰ ਵੀ ਉੱਤੇ ਰੱਖ ਰਿਹਾ ਅਤੇ ਹੁਣ ਵੇਖੋ ਸਾੜੀ ਸਾਫ਼ ਕਰ ਛੱਡੀ ਜੇ ਹੁਣ ਕਹਿੰਦੇ ਪਏ ਨੇ ਇੱਥੇ ਨਾ ਸਪਰੇ ਆਉਣੀ 250-300 ਦੀ ਅਤੇ ਉੱਥੇ ਲਿਆ ਕਰ ਛੱਡੋਗੇ ਨਾ ਐਵੇਂ ਦੀ ਹੋਣੀ ਹੈ ਅਤੇ ਐਵੇਂ ਲੱਗੇਗਾ ਇੰਨਾ ਵੈਲਡਿੰਗ ਹੋਇਆ ਆਹ ਦੇਖੋ ਸਾਰਾ ਕਾਲਾ ਕਾਲਾ ਰੰਗ ਹਟ ਜਾਏਗਾ ਆਹੀ ਮੇਰਾ ਅੱਜ ਦਾ ਵਲੋਗ ਉਮੀਦ ਕਰਦਾ ਚੰਗਾ ਲੱਗਾ ਹੈਗਾ ਚੰਗਾ ਲੱਗਾ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤ ਬਾਬਲ ਨਾ ਜਾਇਆ ਦੋਸਤ ਮੇਰੇ ਚੈਨਲ 'ਚ ਨਵਾਂ ਮੇਰੇ ਚੈਨਲ ਨੂੰ ਕਲਰ ਸਬਸਕ੍ਰਾਈਬ ਫੇਮ ਲੱਗੇ ਅਗਲੀ ਵੀਡੀਓ 'ਚ ਲਾ ਹਾਫੀਜ਼।